सतगुर बाणी विच बख्शिश करदे ने जे सब मिलके आखण पाए वड्डा ना होवे काट ना जाए भावें सारी दुनिया उस दियां वडियाइयां करे वडियाइयां नाल उसने वधना भी नहीं ते घटना भी नहीं वो अपनी जगह कायम है वडियाई करना साडी लोड़ है जे नहीं करांगे बाणी में सतगुर कहते ने मन एक ना चेतस मूड मना हर बिसरत तेरे गुण गलिया गुणा तो हीन हो जाएगा जे गुरु की वडियाई का किनका तेरे अंदर नहीं है सो सारे मिलके अपने गुरु की वडियाई करनी है ते किवें करनी है
ਇਹ ਗੁਰੂ ਅੰਗਦ ਦੇਵ ਪਾਤਸ਼ਾਹ ਸਾਨੂੰ ਆਪਣੇ ਮੁਬਾਰਕ ਬੋਲਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਤਕਰੀਬਨ 63 ਸਲੋਕ ਮੇਰੇ ਸਤਿਗੁਰ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਸ ਪਾਵਨ ਬਾਣੀ ਵਿੱਚ ਦਰਜ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ। ਸੋ ਉਹਨਾਂ ਅਗੰਮੀ ਸਲੋਕਾਂ ਵਿੱਚੋਂ ਇੱਕ ਸਲੋਕ ਸੇਵਾ ਦਾ ਢੰਗ, ਸਿਮਰਨ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ, ਇਹ ਸਤਿਗੁਰ ਇਸ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਅਗਰ ਮਾਣ ਚਾਹੀਦਾ ਹੈ, ਇੱਜ਼ਤ ਚਾਹੀਦੀ ਹੈ, ਅਤੇ ਆਪਣੇ ਆਪ ਨੂੰ ਨਿਮਾਣਾ ਬਣਾ ਲੈ, ਨਿਮਾਣਾ ਬਣ ਕੇ ਉਸ ਗੁਰੂ ਦੀ ਸੇਵਾ ਕਰ, ਸਿਮਰਨ ਕਰ, ਫਿਰ ਤੈਨੂੰ ਜੋ ਮਾਣ ਮਿਲੇਗਾ ਉਹ ਮਾਣ ਲੋਕ ਵਿੱਚ ਵੀ ਮਿਲੇਗਾ ਅਤੇ ਪਰਲੋਕ ਵਿੱਚ ਵੀ ਮਿਲੇਗਾ। ਕਦ ਮਿਲੇਗਾ? ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ। ਫਿਰ ਜਿਸ ਨੂੰ ਪਿਆਰ ਕਰਨਾ ਹੈ, ਜਿਸ ਦੀ ਬੰਦਗੀ ਕਰਨਾ ਹੈ, ਉਹਦੇ ਵਿੱਚ ਇੱਕ ਮਿੱਕ ਹੋ ਜਾ, ਫਿਰ ਪਰਵਾਨ ਹੋ ਜਾਵੇਗਾ। ਅਤੇ ਕਹਿੰਦੇ ਨੇ ਚਾਕਰ ਲੱਗੇ ਚਾਕਰੀ। ਸਤਿਗੁਰ ਕਹਿੰਦੇ ਨੇ ਕੋਈ ਚਾਕਰ ਹੋਵੇ, ਗੁਰੂ ਦੀ ਚਾਕਰੀ ਵੀ ਕਰੇ, ਲੇਕਿਨ ਚਾਕਰੀ ਕਰਦਿਆਂ ਕਰਦਿਆਂ ਨਾਲ ਗਰਭ ਦੀਆਂ, ਅਭਿਮਾਨ ਦੀਆਂ, ਅਹੰਕਾਰ ਦੀਆਂ ਗੱਲਾਂ ਵੀ ਕਰੇ। ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਗਰਭ ਦੀਆਂ ਅਹੰਕਾਰ ਦੀਆਂ, ਵਾਦ ਕਹਿੰਦੇ ਨੇ ਗੱਲਾਂ ਬਾਤਾਂ। ਚਾਕਰੀ ਵੀ ਕਰੇ, ਸੇਵਾ ਵੀ ਕਰੇ, ਨਾਲ ਅਹੰਕਾਰ ਵੀ ਕਰੇ, ਮੈਂ ਇਤਨੀ ਵੱਡੀ ਸੇਵਾ ਕੀਤੀ, ਮੈਂ ਇਤਨਾ ਸਿਮਰਨ ਕੀਤਾ। ਧਿਆਨ ਰੱਖਣਾ, ਜਿਸ ਸਮੇਂ ਸੇਵਾ ਅਤੇ ਸਿਮਰਨ ਵਿੱਚ ਮੈਂ ਆ ਗਈ, ਅਹੰਕਾਰ ਆ ਗਿਆ, ਉਹ ਸੇਵਾ ਸਿਮਰਨ ਨਿਫਲ ਹੋ ਗਿਆ, ਕਿਸੇ ਲੇਖੇ ਵਿੱਚ ਨਹੀਂ ਹੈ। ਅਤੇ ਸਤਿਗੁਰ ਕਹਿੰਦੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਗਨੇੜੀਆਂ, ਵੱਡੀਆਂ ਵੱਡੀਆਂ ਗੱਲਾਂ ਵੀ ਕਰੇ ਕੋਈ ਚਾਕਰ, ਅਹੰਕਾਰ ਦੀਆਂ ਗੱਲਾਂ ਕਰੇ, ਵਾਦ ਵਿਵਾਦ ਕਰੇ। ਅਤੇ ਕਹਿਣ ਲੱਗੇ ਫਿਰ ਐਸੇ ਸੇਵਕ ਨੂੰ ਆਪਣੇ ਖਸਮ ਦਾ, ਆਪਣੇ ਗੁਰੂ ਦਾ ਕਦੀ ਪਿਆਰ ਨਹੀਂ ਮਿਲਦਾ। ਉਚਾਰਨ ਕਰੋ ਸਤਨਾਮ। ਕਿਵੇਂ ਕਰਨੀ ਹੈ ਚਾਕਰੀ ਗੁਰੂ ਦੀ? ਦੇਖੋ, ਇੱਕ ਚਾਕਰੀ ਹੈ, ਇੱਕ ਨੌਕਰੀ ਹੈ। ਬਾਣੀ ਦੇ ਵਿੱਚ ਚਾਕਰ ਅਤੇ ਚਾਕਰੀ ਦੀ ਗੱਲ ਆਈ ਹੈ, ਨੌਕਰ ਅਤੇ ਨੌਕਰੀ ਦੀ ਗੱਲ ਨਹੀਂ ਆਈ, ਲੇਕਿਨ ਦੋਨਾਂ ਵਿੱਚ ਭੇਦ ਹੈ। ਜੋ ਕਰਮ ਕੋਈ ਸਵਾਰਥ ਕਰਕੇ ਕੀਤਾ ਜਾਵੇ, ਜਿਹਦੇ ਵਿੱਚ ਵਪਾਰ ਹੋਵੇ, ਲੈਣ ਦੇਣ ਹੋਵੇ, ਉਹ ਨੌਕਰੀ ਹੈ ਅਤੇ ਕਰਨ ਵਾਲਾ ਨੌਕਰ ਹੈ। ਲੇਕਿਨ ਜਿੱਥੇ ਕੋਈ ਸਵਾਰਥ ਨਾ ਹੋਵੇ, ਕੇਵਲ ਭਾਵ ਹੋਵੇ ਸੇਵਾ ਦਾ, ਸੱਚੀ ਭਾਵਨਾ ਹੋਵੇ, ਸੇਵਾ ਦੇ ਰੂਪ ਵਿੱਚ ਕੀਤੀ ਜਾਵੇ, ਭਾਵਨਾ ਨਾਲ ਕੀਤੀ ਜਾਵੇ, ਉਹ ਚਾਕਰੀ ਹੈ ਅਤੇ ਇਸਨੂੰ ਕਰਨ ਵਾਲਾ ਚਾਕਰ ਹੈ। ਅਤੇ ਬਾਣੀ ਵਿੱਚ ਸਤਿਗੁਰ ਨੇ ਚਾਕਰ ਅਤੇ ਚਾਕਰੀ ਦੀ ਗੱਲ ਕੀਤੀ ਹੈ, ਜੋ ਗੁਰੂ ਦੀ ਹੁੰਦੀ ਹੈ। ਸੋ ਆਓ ਨਿਮਰਤਾ ਸਹਿਤ ਇਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਬੋਲਾਂ ਦੀ ਸਾਂਝ ਪਾਵਾਂਗੇ। ਕਰੋ ਸਾਰੇ ਕਿਰਪਾ, ਮਿਲ ਕਰਕੇ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਮਿਲ ਕੇ ਕਰੋ ਕਿਰਪਾ। ਅਤੇ ਜਿੱਥੇ ਜਿੱਥੇ ਵੀ ਆਪ ਬੈਠ ਕੇ ਇਹ ਗੁਰੂ ਜੀ ਸਰਵਣ ਕਰ ਰਹੇ ਹੋ, ਆਪਣੇ ਪਰਿਵਾਰਾਂ ਨਾਲ, ਆਪਣੇ ਮਿੱਤਰਾਂ ਨਾਲ, ਮੈਂ ਇੱਕ ਬੇਨਤੀ ਕਰਾਂਗਾ, ਜਿੱਥੇ ਜਿੱਥੇ ਵੀ ਬੈਠੇ ਹੋ, ਬੜੇ ਅਦਬ ਦੇ ਨਾਲ ਆਪਣੇ ਸਿਰ ਢੱਕ ਕਰਕੇ, ਸਿਰ ਕੱਜ ਕਰਕੇ, ਔਰ ਬੜੇ ਪਿਆਰ ਨਾਲ, ਭਾਵ ਦੇ ਨਾਲ ਉੱਠ ਕੇ ਇੱਧਰ ਉੱਧਰ ਦੌੜਨਾ ਨਹੀਂ, ਕੇਵਲ ਟਿਕਾਓ ਵਾਲੀ ਅਵਸਥਾ ਵਿੱਚ ਇਹ ਬਾਣੀ ਜਿਤਨੇ ਪਲ ਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ, ਇਹ ਸ਼ੁਭ ਘੜੀਆਂ, ਇੱਕ ਇੱਕ ਘੜੀ ਨੂੰ ਸਫਲ ਕਰਨਾ ਹੈ। ਆਓ ਸਾਰੇ ਮਿਲ ਕੇ ਕਰੋ ਕਿਰਪਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਅਗੰਮੀ ਬੋਲ ਸਾਰੇ ਮਿਲ ਕੇ ਜੋ ਸੇਵਾ ਦਾ ਸਾਨੂੰ ਢੰਗ ਦੱਸ ਰਹੇ ਹਨ, ਆਓ ਸਾਰੇ ਮਿਲ ਕੇ ਗਾਇਨ ਕਰੋ। ਆਪ ਗਵਾਏ ਸੇਵਾ ਕਰੇ
ध्यान रखना एक गल, विचारां नूं पढ़ के कदी बदलाव नहीं आता, विचारां ते चल के बदलाव आता है। विचार ते असीं बहुत सुनने हां, पढ़ने हां, लेकिन उन्हां विचारां ते अमल नहीं है। विचारां नूं पढ़ना नहीं, पढ़ के उन्हां ते चलना है, फिर बदलाव आएगा। विचारां नूं सुन के बदलाव नहीं आएगा, विचारां नूं मन के बदलाव आएगा। मेरे गुरु नानक ने मन्ने दी कितनी महानता दसी है, क्या पहले तेरी रसना गायन करे, फिर तेरे कान सुनन, फिर जो सुनिया है उस नूं मनन, फिर जेड़े मनदे ने उन्हां लई सतगुर ने कहा मन्ने की गत कही ना जाए, जे को कहे पिछे पछताए। फिर जिस वेले मनेगा फिर परवान हो जाएगा, पंच परवान पंच प्रधान पंचे पावे दर के मान, मान का हकदार हो जाएगा। इतनी वड्डी पदवी, कितना निरंकार रूप गुरु नानक ने बना दिता भाई लैणा जी। गुरु अंगद देव पातशाह जी का पहला नाम लैणा जी सी। पिता वीरू मल ते माता दया कौर जी की कुख दे विचों मत्ते दी सराई जिला फिरोजपुर पंजाब विखे मेरे सतगुरु पातशाह जी का जन्म होया। मेरे सतगुरु पातशाह जी का पूरा परिवार देवी का उपासक से। सतगुरु पातशाह जी के पिता अगे उन्होंने पिता
ये नियम सी सारिया संतां नूं हर साल देवी दे दर्शनां नूं लै जाना ज्वालामुखी ते भाई लहणा जी भी ये सेवा करदे सी संगतां नूं एकत्रित करके देवी दे दर्शनां नूं लै जाना ते कहिंदे ने इक रात जगराता करके जिस वेले खूह ते इशनान करन लगे कहिंदे ने कन्नां दे विच इक मिठी मिठी आवाज पई वो आवाज सी पावन मुबारक रब्बी बोल गुरु नानक दे मुखार बिंद तो उच्चारण कीते हुए ते वो बोल केड़े सी वो बोल पए जित से भी है सुख पाईए सो साहिब सदा संभालिए जित कीता पाईए अपना सा काल बुरी क्यों कालिए ये जिस वेले बोल सुने मेरे गुरु दे सिख दे भाई लहणा जी ने ये गुरु का सिख सी भाई जोत जिहड़ा अमृत वेले गुरबाणी का गायन कर रहा सी ते लहणा जी पहुंच गए ये जिहड़े बोल हन ये ते मेरे हिरदे विच धस गए हन ये किस दे बोल हन भाई जोत जी कहन लगे ये धरती ते निरंकार रूप गुरु नानक जिन्हां दा वासा करतारपुर दी धरती ते है उस गुरु नानक दे मुबारक बोल हन सारे बोलो धन गुरु नानक धन गुरु नानक। मन दे विच चाव पैदा हो गया तड़प पैदा हो गई जिस दे बोलां ने मैनू अगंभी सुख दिता है शांति दिती है जिदे बोलना भी जितनी ताकत है वो आप मेरा गुरु नानक कैसा होवेगा कैसा होवेगा मेरा गुरु नानक। कहिंदे ने संगतां नूं लै के जिस वेले देवी दे दर्शनां नूं जाण लगे ते अज कहिण लगे करतारपुर दर्शन करके गुरु नानक दे जावांगे करतारपुर दी धरती ते संगतां नूं रोकिया आप घोड़ी ते बैठ के गुरु नानक दे दर्शनां नूं चल पए कह लगे जिस वेले अगे पहुंचे ते अगे एक शरीर खड़ा है उस लोग कहने लगे लहणा जी मैं गुरु नानक दे दर ते जाना है कि तुसी रस्ता जानदे हो ते जिहड़ा शरीर खड़ा सी वो कौन सी वो होर कोई नहीं वो शरीर आप गुरु नानक खड़ा सी उच्चारण करो धन गुरु नानक। भाई लहणा जी नूं नहीं पता कि गुरु नानक है ते गुरु नानक पातशाह कहन लगे मेरे तो चंगा रस्ता होर कौन जानदा है आ मैं तेनूं लैके चलना हाँ उस गुरु नानक दे दर ते घोड़ी दी लांग पकड़ ली ते धीरे धीरे उस दरबार विच लै गए गुरु नानक दे ते लहणे नूं कहन लगे सतगुरु इस घोड़ी दियां वंगा बन दे किले दे नाल ते अंदर आ जा ते गुरु नानक अंदर जाके बैठ गए ते जिस वेले लहणा जी अंदर आए जल्दी जल्दी मत्था टेकिया चरना ते ते ज्यों ही मुख उपर कीता ते हैरान हो गए सामने गुरु नानक जेड़े घोड़ी दी लांग फड़ के आप ही लेके आए सन नैणा विच हंजू आ गए सिर झुक गया चरना ते डिग पए मेरे पातशाह मेरे कोलो कितना वड्डा गुनाह हो गया कितना वड्डा मेरे कोलो पाप हो गया मैं घोड़ी ते बैठा चल रहा सी तुसी मेरी घोड़ी दी लांग पकड़ के चल रहे सी मैं किवें बख्शिया जावांगा। सतगुर कहन लगे गुरु नानक पातशाह लैणिया घबरा ना तू लेना सी असी तेरा देना सी और जेड़ा लेन वाला होंदा है वो घोड़ी ते सवार होके ही आंदा है तू लेन लाया है असी देना है तेनू। कह लगे गुरु नानक पातशाह ने घुट के अपने गड़बकड़ी विच पा लिया ऐसा गम्मी रंग चढ़ गया लेना जी ते जिस वेले अमृत वेले संगत आई पहुंच गई संगत कि चलो देवी दे दर्शनां नूं
ਤੇ ਲੈਣਾ ਜੀ ਸਾਰੀ ਸੰਗਤ ਨੂੰ ਕਹਿਣ ਲੱਗੇ ਹੁਣ ਕੋਈ ਮੇਰੇ ਲਈ ਦੇਵੀ ਨਹੀਂ, ਮੇਰਾ ਇਹ ਸਤਿਗੁਰ ਪੂਰਾ ਮੈਨੂੰ ਹੁਣ ਮਿਲ ਗਿਆ ਹੈ, ਮੈਨੂੰ ਹੋਰ ਹੁਣ ਕਿਧਰੇ ਜਾਣ ਦੀ ਲੋੜ ਨਹੀਂ। ਤੇ ਕਹਿੰਦੇ ਨੇ ਸੰਗਤ ਚਲੀ ਗਈ ਤੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਭਾਈ ਲਹਿਣਾ ਜੀ ਰਾਤੀ ਵਿਸ਼ਰਾਮ ਕਰਨ ਲੱਗੇ। ਜਿਸ ਵੇਲੇ ਅੱਧੀ ਰਾਤ ਹੋਈ ਤੇ ਕਹਿੰਦੇ ਨੇ ਲਹਿਣਾ ਜੀ ਦੀ ਨੀਂਦ ਖੁੱਲ ਗਈ, ਆਵਾਜ਼ ਆਈ ਕੋਈ ਝਾੜੂ ਲਗਾ ਰਿਹਾ ਹੈ। ਗੁਰੂ ਨਾਨਕ ਦੇ ਦਰ ਤੇ ਜਿਸ ਵੇਲੇ ਨੇਤਰ ਖੁੱਲੇ ਤੇ ਦੇਖਿਆ ਇੱਕ ਇਸਤਰੀ ਝਾੜੂ ਦੀ ਸੇਵਾ ਕਰ ਰਹੀ ਹੈ ਤੇ ਭਾਈ ਲਹਿਣਾ ਜੀ ਉੱਠ ਕੇ ਖੜੇ ਹੋ ਗਏ। ਜਿਸ ਵੇਲੇ ਉਸ ਇਸਤਰੀ ਦੇ ਕੋਲ ਪਹੁੰਚੇ ਉਹਦੇ ਮੁਖ ਤੋਂ ਨੂਰ ਨਿਕਲ ਰਿਹਾ ਹੈ, ਇੱਕ ਸੋਹਣੀ ਨੂਰ ਵਾਲੀ ਇਸਤਰੀ ਨੂੰ ਦੇਖ ਕੇ ਭਾਈ ਲਹਿਣਾ ਜੀ ਕਹਿਣ ਲੱਗੇ, ਮਾਈ ਤੂੰ ਕੌਣ ਹੈ ਤੇ ਅੱਧੀ ਰਾਤ ਨੂੰ ਇੱਥੇ ਕੀ ਕਰ ਰਹੀ ਹੈ? ਤੇ ਉਹ ਮਾਈ ਕਹਿਣ ਲੱਗੀ, ਲੈਣਿਆ ਮੈਨੂੰ ਪਹਿਚਾਨਿਆ ਨਹੀਂ। ਕਹਿਣ ਲੱਗੇ ਨਹੀਂ ਪਹਿਚਾਨਿਆ, ਕਹਿਣ ਲੱਗੇ ਮੈਂ ਉਹੀ ਦੇਵੀ ਹਾਂ ਜਿਸ ਦੇ ਦਰਸ਼ਨਾਂ ਨੂੰ ਹਰ ਸਾਲ ਤੂੰ ਆਉਣਾ ਹੈ। ਕਹਿਣ ਲੱਗੇ ਮਾਈ ਫਿਰ ਇੱਥੇ ਕੀ ਕਰ ਰਹੀ ਹੈ? ਕਹਿਣ ਲੱਗੀ ਮੈਂ ਰੋਜ਼ ਗੁਰੂ ਨਾਨਕ ਦੇ ਦਰ ਤੇ ਆਉਂਦੀ ਹਾਂ, ਇੱਥੇ ਝਾੜੂ ਦੀ ਸੇਵਾ ਕਰਕੇ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਕੇ ਲੈ ਜਾਂਦੀ ਹਾਂ ਤੇ ਆਪਣੇ ਦਰ ਤੇ ਆਏ ਜੀਆਂ ਨੂੰ ਇਹ ਬਖਸ਼ਿਸ਼ਾਂ ਵੰਡ ਦਿੰਦੀ ਹਾਂ। ਭਾਈ ਲਹਿਣਾ ਜੀ ਦੀ ਸ਼ਰਧਾ ਨੂੰ ਪੰਖ ਲੱਗੇ, ਹੋਰ ਸੇਵਾ ਭਾਵ ਵੱਧ ਗਿਆ ਤੇ ਨਿਮਰਤਾ ਵਾਲੀ ਅਵਸਥਾ ਆ ਗਈ। ਨਿਮਰਤਾ ਨਾਲ ਸੇਵਾ ਵਿੱਚ ਜੁਟ ਗਏ ਗੁਰੂ ਨਾਨਕ ਦੀ, ਔਰ ਜਿਸ ਵੇਲੇ ਸੇਵਾ ਵਿੱਚ ਜੁਟੇ ਤੇ ਗੁਰੂ ਨਾਨਕ ਦੀ ਪ੍ਰਾਪਤੀ ਹੋ ਗਈ। ਆਓ ਸਾਰੇ ਬੋਲ ਉਚਾਰਨ ਕਰੋ, ਕਰੋ ਸਾਰੇ ਕਿਰਪਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਵੇ ਮਾਨੇ, ਤਾਂ ਕਿਛ ਪਾਵੇ ਨਾਲ ਸੇਵਾ ਕੀਤੀ, ਉਹਦੇ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ, ਗੁਰੂ ਨਾਨਕ ਨੂੰ ਨਿਰੰਕਾਰ ਜਾਣ ਕੇ ਸੇਵਾ ਕੀਤੀ। ਕਹਿੰਦੇ ਨੇ ਬਾਲਾ ਜੀ ਨੇ ਇੱਕ ਵਾਰ ਸਵਾਲ ਕੀਤਾ ਸੀ, ਕਹਿਣ ਲੱਗੇ ਲਹਿਣਾ ਜੀ ਸੇਵਾ ਤੇ ਅਸੀਂ ਵੀ ਬੜੀ ਕੀਤੀ, ਲੇਕਿਨ ਸੇਵਾ ਤੁਸੀਂ ਵੀ ਕੀਤੀ, ਲੇਕਿਨ ਬਖਸ਼ਿਸ਼ਾਂ ਤੁਹਾਡੇ ਤੇ ਮੇਰੇ ਗੁਰੂ ਨਾਨਕ ਨੇ ਅਪਾਰ ਕੀਤੀਆਂ ਹਨ। ਤੇ ਭਾਈ ਲਹਿਣਾ ਜੀ ਮੁਖ ਚੋਂ ਕਹਿਣ ਲੱਗੇ, ਬਾਲਾ ਜੀ ਤੁਸੀਂ ਗੁਰੂ ਨਾਨਕ ਦੀ ਸੇਵਾ ਕੀ ਸਮਝ ਕੇ ਕੀਤੀ? ਬਾਲਾ ਜੀ ਕਹਿਣ ਲੱਗੇ ਮਹਾਂਪੁਰਸ਼ ਸਮਝ ਕੇ ਕੀਤੀ। ਤੇ ਨਾਲ ਹੀ ਕਹਿਣ ਲੱਗੇ ਮੈਂ ਸਮਝ ਗਿਆ ਲਹਿਣਾ ਜੀ, ਮੈਂ ਸਮਝ ਗਿਆ। ਕਹਿਣ ਲੱਗੇ ਮੈਂ ਗੁਰੂ ਨਾਨਕ ਦੀ ਸੇਵਾ ਮਹਾਂਪੁਰਸ਼ ਸਮਝ ਕੇ ਕੀਤੀ, ਗੁਰੂ ਨਾਨਕ ਨੇ ਮੈਨੂੰ ਮਹਾਂਪੁਰਸ਼ ਬਣਾ ਦਿੱਤਾ। ਤੁਸੀਂ ਗੁਰੂ ਨਾਨਕ ਦੀ ਸੇਵਾ ਨਿਰੰਕਾਰ ਸਮਝ ਕੇ ਕੀਤੀ, ਗੁਰੂ ਨਾਨਕ ਨੇ ਤੁਹਾਨੂੰ ਨਿਰੰਕਾਰ ਦਾ ਰੂਪ ਬਣਾ ਦਿੱਤਾ। ਇਸ ਰੂਪ ਵਿੱਚ ਅਸੀਂ ਸੇਵਾ ਕਰਦੇ ਹਾਂ। ਉਹ ਭਾਈ ਲਹਿਣਾ ਜੀ ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਉਹਨਾਂ ਦੀਆਂ ਸੇਵਾਵਾਂ ਦੀਆਂ, ਵਡਿਆਈਆਂ ਦੀਆਂ, ਉਹਨਾਂ ਦੀਆਂ ਬਾਤਾਂ ਹਨ, ਕਿਸ ਕਿਸ ਦੀ ਚਰਚਾ ਕੀਤੀ ਜਾਵੇ। ਇਤਨਾ ਭਰੋਸਾ, ਇਤਨਾ ਵਿਸ਼ਵਾਸ ਕਿ ਅੱਧੀ ਰਾਤ ਨੂੰ ਇਹੀ ਸ਼ੰਕਾ ਬਾਬਾ ਬੁੱਢਾ ਜੀ ਦੇ ਮਨ ਵਿੱਚ ਵੀ ਆ ਗਿਆ ਸੀ ਕਿ ਲੈਣੇ ਤੇ ਖਾਸ ਬਖਸ਼ਿਸ਼ ਹੈ,
ਤੇ ਗੁਰੂ ਨਾਨਕ ਸਭ ਦੇ ਦਿਲਾਂ ਦੀਆਂ ਜਾਣਦੇ ਸੀ। ਕੱਟ ਕੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ, ਇਹ ਦਿਲ ਦਾ ਸ਼ੰਕਾ ਕੱਟਣ ਦੇ ਲਈ ਗੁਰੂ ਨਾਨਕ ਨੇ ਅੱਧੀ ਰਾਤ ਨੂੰ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਦੇਖੋ ਬਾਹਰ ਕਿਤਨੀ ਰਾਤ ਰਹਿੰਦੀ ਹੈ। ਬਾਬਾ ਬੁੱਢਾ ਜੀ ਹੁਕਮ ਮੰਨ ਕੇ ਗਏ ਅੰਦਰ ਆ ਕੇ ਕਹਿਣ ਲੱਗੇ, ਸਤਿਗੁਰੂ ਅੱਧੀ ਰਾਤ ਬੀਤੀ ਹੈ ਅੱਧੀ ਰਹਿੰਦੀ ਹੈ, ਆਪਣੇ ਪੁੱਤਰ ਸ਼੍ਰੀ ਚੰਦ ਨੂੰ ਕਿਹਾ ਬੇਟਾ ਜਾ ਕੇ ਦੇਖੋ ਕਿਤਨੀ ਰਾਤ ਬੀਤੀ ਕਿਤਨੀ ਰਹਿੰਦੀ ਹੈ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਕੈਸੇ ਅਜੀਬ ਜੇ ਸਵਾਲ ਪੁੱਛਦੇ, ਜਿਤਨੀ ਰਹਿੰਦੀ ਹੈ ਰਹਿਣ ਦਿਓ, ਜਿਤਨੀ ਬੀਤ ਗਈ ਬੀਤਣ ਦਿਓ, ਬਾਹਰ ਜਾ ਕੇ ਦੇਖ ਕੇ ਆਏ ਤੇ ਅੰਦਰ ਆ ਕੇ ਕਹਿਣ ਲੱਗੇ ਅੱਧੀ ਬੀਤੀ ਅੱਧੀ ਰਹਿੰਦੀ ਹੈ। ਲਖਮੀ ਦਾਸ ਦੂਸਰੇ ਪੁੱਤਰ ਨੂੰ ਭੇਜਿਆ, ਬੇਟਾ ਜੀ ਤੁਸੀਂ ਦੇਖੋ ਕਿਤਨੀ ਰਾਤ ਬੀਤੀ ਕਿਤਨੀ ਰਹਿੰਦੀ ਹੈ। ਉਹਨਾਂ ਦਾ ਵੀ ਕੁਛ ਐਸਾ ਹੀ ਜਵਾਬ ਸੀ। ਲੈਣੇ ਵੱਲ ਮੇਰੇ ਗੁਰੂ ਨਾਨਕ ਦੀ ਨਜ਼ਰ ਹੋਈ, ਲੈਣੇ ਆ ਤੂੰ ਦੇਖ ਕਿਤਨੀ ਰਾਤ ਬੀਤੀ ਕਿਤਨੀ ਰਹਿੰਦੀ ਹੈ। ਕਹਿੰਦੇ ਨੇ ਭਾਈ ਲਹਿਣਾ ਜੀ ਦੇ ਨੇਤਰ ਚੁੱਕ ਗਏ, ਕਹਿ ਲੱਗੇ ਸਤ ਬਚਨ ਮੇਰੇ ਮਾਲਕਾ। ਜਿਸ ਵੇਲੇ ਬਾਹਰ ਆਏ ਦੇਖਿਆ, ਕਹਿ ਲੱਗੇ ਮੇਰੀ ਤੇ ਨਜ਼ਰ ਵਿੱਚ ਇਤਨੀ ਤਾਕਤ ਨਹੀਂ ਜੋ ਦੇਖ ਸਕੇ ਕਿਤਨੀ ਰਾਤ ਬੀਤੀ ਕਿਤਨੀ ਰਹਿੰਦੀ ਹੈ, ਲੇਕਿਨ ਇਹ ਤੇ ਰਾਤ ਬਣਾਉਣ ਵਾਲਾ ਦਿਨ ਬਣਾਉਣ ਵਾਲਾ ਮੇਰਾ ਗੁਰੂ ਨਾਨਕ ਹੀ ਜਾਣਦਾ ਹੈ। ਕਹਿੰਦੇ ਨੇ ਅੰਦਰ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਮੇਰੇ ਮਾਲਕਾ ਮੈਨੂੰ ਇਤਨੀ ਸੋਝੀ ਨਹੀਂ, ਮੇਰੇ ਚ ਇਤਨੀ ਸਮਰੱਥਾ ਨਹੀਂ ਕਿ ਮੈਂ ਦੇਖਾਂ ਕਿਤਨੀ ਰਾਤ ਰਹਿੰਦੀ ਹੈ ਕਿਤਨੀ ਬੀਤ ਗਈ। ਮੇਰੇ ਮਾਲਕ ਮੈਂ ਤੇ ਇਤਨਾ ਕਵਾਂਗਾ ਜਿਤਨੀ ਤੂੰ ਰੱਖੀ ਉਤਨੀ ਰਹਿ ਗਈ, ਜਿਤਨੀ ਤੂੰ ਬਿਤਾਈ ਉਤਨੀ ਬੀਤ ਗਈ। ਸ਼ੰਕਾ ਮਿਟ ਗਿਆ ਬਾਬਾ ਬੁੱਢਾ ਜੀ ਦਾ ਵੀ ਕਿ ਗੁਰੂ ਨਾਨਕ ਦੀ ਵਡਿਆਈ ਇਸ ਹਿਰਦੇ ਵਿੱਚ ਜ਼ਿਆਦਾ ਵਸਦੀ ਹੈ। ਜੇ ਵੇਖ ਧਾਰਨ ਕੀਤਾ ਗੁਰੂ ਨਾਨਕ ਨੇ, ਡਰਾਵਨਾ ਵੇਖ ਧਾਰਨ ਕਰ ਲਿਆ, ਹੱਥ ਵਿੱਚ ਡੰਡਾ ਲੈ ਲਿਆ, ਸੰਗਤਾਂ ਸਿੱਖ ਪਿੱਛੇ ਹਨ, ਕੁਛ ਡਰ ਕੇ ਵਾਪਸ ਚਲੇ ਗਏ ਤੇ ਕੁਛ ਹੋਰ ਜਿਹੜੇ ਨਾਲ ਚੱਲ ਰਹੇ ਸੀ, ਗੁਰੂ ਨਾਨਕ ਨੇ ਕਲਾ ਵਰਤਾਈ, ਚਾਂਦੀ ਦੇ ਸਿੱਕੇ ਧਰਤੀ ਤੇ ਪਏ ਸਨ, ਕੁਛ ਸ਼ਰੀਰਾਂ ਨੇ ਚਾਂਦੀ ਦੇ ਸਿੱਕੇ ਇਕੱਠੇ ਕੀਤੇ, ਸਿੱਕੇ ਲੈ ਕਰਕੇ ਵਾਪਸ ਚਲੇ ਗਏ। ਗੁਰੂ ਨਾਨਕ ਨੇ ਫਿਰ ਕਲਾ ਵਰਤਾਈ, ਥੋੜਾ ਹੋਰ ਅੱਗੇ ਜਾ ਕੇ ਸੋਨੇ ਦੇ ਸਿੱਕੇ ਵਿਛਾ ਦਿੱਤੇ। ਹੁਣ ਜਿਹੜੇ ਹੋਰ ਸ਼ਰੀਰ ਸੀ ਉਹਨਾਂ ਨੇ ਸੋਨੇ ਦੇ ਸਿੱਕਿਆਂ ਨੂੰ ਭਰਿਆ, ਵਾਪਸ ਚਲੇ ਗਏ। ਜਿਹੜੇ ਕੁਛ ਕੁ ਸ਼ਰੀਰ ਰਹਿ ਗਏ ਗੁਰੂ ਨਾਨਕ ਨੇ ਫਿਰ ਕਲਾ ਵਰਤਾਈ, ਕੁਛ ਹੀਰੇ ਧਰਤੀ ਤੇ ਵਿਛਾ ਦਿੱਤੇ ਤੇ ਜਿਹੜੇ ਹੀਰਿਆਂ ਦੇ ਚਾਹਵਾਨ ਸੀ ਉਹ ਹੀਰੇ ਲੈ ਕੇ ਵਾਪਸ ਚਲੇ ਗਏ। ਜਿਸ ਵੇਲੇ ਗੁਰੂ ਨਾਨਕ ਨੇ ਪਿੱਛੇ ਮੁੜ ਕੇ ਦੇਖਿਆ ਸਭ ਚਲੇ ਗਏ, ਕੇਵਲ ਭਾਈ ਲੈਣਾ ਜੀ ਰਹਿ ਗਏ। ਕਹਿਣ ਲੱਗੇ ਤੂੰ ਵੀ ਚਲਾ ਜਾ, ਤੂੰ ਕਿਉਂ ਨਹੀਂ ਗਿਆ? ਤੇ ਭਾਈ ਲੈਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮੇਰੇ ਮਾਲਕਾ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਲੇਕਿਨ ਮੇਰਾ ਤੇ ਤੇਰੇ ਇਲਾਵਾ ਕੋਈ ਨਹੀਂ, ਮੇਰਾ ਤੇ ਸਭ ਕੁਛ ਤੂੰ ਹੀ ਤੂੰ ਹੈ, ਤੈਨੂੰ ਛੱਡ ਕੇ ਕਿੱਥੇ ਜਾਵਾਂ ਮੈਂ? ਉੱਥੇ ਵੀ ਭਾਈ ਲੈਣਾ ਜੀ ਪਰਖ ਵਿੱਚ ਪਾਸ ਹੋ ਗਏ। ਅਨੇਕਾਂ ਅਨੇਕਾਂ ਮੇਰੇ ਗੁਰੂ ਦੀਆਂ ਵਡਿਆਈਆਂ ਹਨ, ਕਿਵੇਂ ਹੁਕਮ ਵਿੱਚ ਰਹੇ ਮੇਰੇ ਸਤਿਗੁਰੂ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਲੈਣੇ ਨੂੰ ਕਿਹਾ ਸੀ, ਲੈਣਿਆ ਜੀਵਨ ਦੇ ਵਿੱਚ ਵਸਣਾ ਸਿੱਖਣਾ ਹੈ, ਜੀਵਨ ਚੋਂ ਨਸਣਾ ਨਹੀਂ ਸਿੱਖਣਾ। ਇਹ ਸਾਰੇ ਅੱਜ ਗੱਲ ਪੱਲੇ ਬੰਨ ਲਓ। ਗ੍ਰਸਤ ਜੀਵਨ ਵਿੱਚ ਰਹਿ ਕਰਕੇ, ਗੁਰੂ ਦੇ ਸ਼ੁਕਰਾਨੇ ਵਿੱਚ ਰਹਿ ਕਰਕੇ, ਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਇਹ ਵਸਣ ਵਾਲੀ ਅਵਸਥਾ ਹੈ। ਜਿਸ ਰਜਾ ਵਿੱਚ ਮੇਰਾ ਮਾਲਕ ਰੱਖੇ ਇਨਸਾਨ ਰਾਜੀ ਹੋ ਜਾਏ, ਭਾਵੇਂ ਦੁੱਖ ਆਵੇ, ਸੁੱਖ ਆਵੇ, ਮੁਸ਼ਕਿਲ ਦੀ ਘੜੀ ਆਵੇ, ਖੁਸ਼ੀਆਂ ਦੀ ਘੜੀ ਆਵੇ,
हर रंग दे विच इंसान राजी रवे दाता है, सब कुछ तू देन वाला है। दुख भी तेरा, सुख भी तेरा, खुशी भी तेरी, गम भी तेरे। ते जो शिकायतां करदे ने जीवन च कि दाता ये परेशानी क्यों आ गई, ये दुख क्यों आ गया, ये मुश्किल दी घड़ी क्यों आ गई, जो जीवन नूं बोझ समझण लग जांदे ने, समझो जीवन तो नसना शुरू कर देंदे। इस करके गुरु नानक ने बख्शिश कीती है कि जीवन दे विच वसना सीखना है, नसना नहीं सीखना, क्योंकि नसन वाले ते अनेक मिलणगे, वसन वाले विरले विरले मिलणगे। उच्चारण करो सतनाम वाहे। ओ भाई लैणा जी कहंदे ने गुरु अंगद देव जी दीयां दो बावां हन, खिमा ते धीरज। खिमा कितनी है, जिस वेले खडूर साहब तो गुरदेव पिता नूं बाहर कढ दित्ता गया एक तपिए दे कहण दे कारण, उत्थे मेरे सतगुर दे हिरदे विच रोशनी आया। और कुछ समय बाद पिंड दे लोकां ने माफी मांग के वापस बुला लिया ते सब नूं पल दे विच खिमा कर दित्ता। एक खिमा दा सुभाव है, कोई गिला नहीं किता, रोष नहीं किता। ते तीरज कितना है, कहने तीरज ऐसा कि सात साल सेवा करके गुरु नानक दे दर दी कभी भी ये ख्याल नहीं आया मेरी सेवा परवान हुई है या नहीं हुई, इतना तीरज है। ते भाई लैणा जी दे जीवन दा शिंगार है सत संग। ये सारियां वडियाईयां नूं देख के ही मेरे गुरु नानक पातशाह ने अखीर दे विच पांच पैसे ते नारियल हाथ विच लै करके दिन परिक्रमा करके मत्था टेकिया सी ते कहा सी, लैणिया तैनूं असी अंगां नाल पालिया है, इस करके आज तो तेरा नाम लेना नहीं, आज तो तेरा नाम अंगद देव है। लहने को अंग लगा, अंगद बना दिया। ओ मेरे सतगुरु पातशाह जी दा आगमन दिन असी मना रहे, ओना दे पावन मुबारक बोलना जो ये बोल सेवा दा जो ढंग दस रहे हैं, निमरता मन दी गरीबी भावना दे नाल विश्वास दे नाल जिस वेले सेवा कीती जाए ऐसी सेवा गुरु के चरणा विच कबूल हो जाती है। आओ सतगुरु पातशाह जी दे मुबारक बोल सारे मिलके गायन करो, करो सारी कृपा। आप गवाए सेवा करे तांगी छुपाए Thank you.
ਸੋ ਗੁਰੂ ਨਾਨਕ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਬੋਲ ਇਹ ਬੋਲ ਕੇਵਲ ਸਾਡੇ ਕੰਨਾਂ ਤੱਕ ਨਾ ਰਹਿ ਕਈ ਵਾਰ ਅਸੀਂ ਕਹਿੰਦੇ ਹਾਂ ਜੀ ਕੀਰਤਨ ਵਿੱਚ ਬੜਾ ਰਸ ਆਇਆ ਰਸ ਆਉਣਾ ਅੱਛੀ ਗੱਲ ਹੈ ਰਸ ਕੰਨਾਂ ਨੂੰ ਆਉਂਦਾ ਹੈ ਲੇਕਿਨ ਕੰਨ ਇੱਕ ਦਰਵਾਜ਼ਾ ਹਨ ਇਹ ਕੰਨਾਂ ਤੱਕ ਰਸ ਨਾ ਬਣਿਆ ਰਹੇ ਇਹ ਰਸ ਤੇਰੇ ਜੀਵਨ ਦਾ ਹਿੱਸਾ ਬਣ ਜਾਵੇ ਤੇਰਾ ਮਨ ਆਨੰਦ ਵਿੱਚ ਝੂਮਣਾ ਸ਼ੁਰੂ ਕਰ ਦੇਵੇ ਫਿਰ ਸਮਝੋ ਬਾਣੀ ਦੀ ਬਖਸ਼ਿਸ਼ ਹੋਈ ਹੈ ਕੇਵਲ ਬੜੀ ਚੰਗੀ ਧੁਨ ਹੈ ਬੜੇ ਚੰਗੇ ਸਾਜ ਵੱਜ ਰਹੇ ਹਨ ਰਸ ਵੀ ਸੁਣਨੇ ਵਿੱਚ ਆ ਰਿਹਾ ਹੈ ਲੇਕਿਨ ਅਮਲ ਨਹੀਂ ਹੈ ਜੀਵਨ ਨਹੀਂ ਬਦਲੇਗਾ ਇਸ ਕਰਕੇ ਬਾਣੀ ਦਾ ਇੱਕ ਇੱਕ ਅੱਖਰ ਅੱਜ ਅਸੀਂ ਦੇਖਦੇ ਹਨ ਸਵੇਰ ਤੋਂ ਸ਼ਾਮ ਤੱਕ ਮੋਬਾਈਲ ਤੇ ਇਨਸਾਨ ਲੱਗਾ ਰਹਿੰਦਾ ਹੈ ਖੁੱਲਾ ਟਾਈਮ ਹੈ ਹਜ਼ਾਰਾਂ ਮੈਸੇਜ ਦੇਖਨੇ ਹਾਂ ਪੜ੍ਹਨੇ ਹਾਂ ਹਜ਼ਾਰਾਂ ਮੈਸੇਜ ਫੋਰਵਰਡ ਕਰ ਦਿੰਦੇ ਹਾਂ ਸਵੇਰੇ ਤੋਂ ਸ਼ਾਮ ਤੱਕ ਮੈਸੇਜ ਪੜ੍ਹਦੇ ਰਹੋ ਸ਼ਾਮੀ ਕਿਸੇ ਕੋਲੋਂ ਪੁੱਛਿਆ ਜਾਏ ਨਾ ਇੱਕ ਮੈਸੇਜ ਦੱਸ ਦੇ ਕਿਹੜਾ ਤੂੰ ਅੱਜ ਪੜ੍ਹਿਆ ਪੜ੍ਹ ਪੜ੍ਹ ਕੇ ਵੀ ਇੱਕ ਵੀ ਮੈਸੇਜ ਯਾਦ ਨਹੀਂ ਹੋਏਗਾ ਕਿਸੇ ਨੂੰ ਕਿਉਂਕਿ ਕੇਵਲ ਪੜ੍ਹਨੇ ਤੱਕ ਹਾਂ ਕਹਿੰਦੇ ਬੜਾ ਚੰਗਾ ਹੈ ਪੜ੍ਹ ਕੇ ਕਹਿ ਦਿੱਤਾ ਬੜਾ ਚੰਗਾ ਹੈ ਅਰੇ ਮੈਸੇਜ ਤੇ ਚੰਗਾ ਹੈ ਉਸ ਮੈਸੇਜ ਵਿੱਚੋਂ ਤੂੰ ਕਿਹੜੀ ਚੰਗਿਆਈ ਧਾਰਨ ਕੀਤੀ ਹੈ ਸਵਾਦ ਤਾਂ ਹੈ ਇੱਕ ਮੈਸੇਜ ਪੜ੍ਹੋ ਇੱਕ ਪੜ੍ਹੋ ਲੇਕਿਨ ਇੱਕ ਤੇ ਅਮਲ ਕਰੋ ਉਸ ਅੱਛੇ ਮੈਸੇਜ ਵਿੱਚੋਂ ਆਪਣੇ ਜੀਵਨ ਨੂੰ ਅੱਛਾ ਬਣਾ ਲਓ ਫਿਰ ਸਮਝੋ ਕੁਛ ਪੜ੍ਹਿਆ ਹੈ ਲਿਖੇ ਵਿੱਚ ਆ ਗਿਆ ਤੁਹਾਡਾ ਪੜ੍ਹਿਆ ਹੋਇਆ ਦੇਖਿਆ ਹੋਇਆ ਜੇ ਪੜ੍ਹ ਪੜ੍ਹ ਕੇ ਪੜ੍ਹ ਪੜ੍ਹ ਕੇ ਦਿਮਾਗ ਨੂੰ ਹੀ ਥਕਾਨਾ ਹੈ ਫਿਰ ਕੀ ਲੋੜ ਹੈ ਇਸ ਕਰਕੇ ਬਾਣੀ ਨਾਲ ਜਿਸ ਵੇਲੇ ਆਪ ਜੁੜਦੇ ਹੋ ਇਹ ਬਾਣੀ ਨਾਲ ਤੁਹਾਡਾ ਮਨ ਭਿੱਜ ਜਾਂਦਾ ਹੈ ਮਨ ਨਾਮ ਦੇ ਰੰਗ ਵਿੱਚ ਰੰਗ ਜਾਂਦਾ ਹੈ ਇਹ ਪਾਵਨ ਸ਼ਬਦ ਸਾਰੇ ਜੋ ਸਰਵਨ ਕਰਾਂਗੇ ਸੁਨ ਸ਼ਬਦ ਤੁਮਾਰਾ ਮੇਰਾ ਮਨ ਪੀਨਾ ਭਿੱਜ ਗਿਆ ਕੋਲ ਘੁਮਾਈ ਲਾਲਨਾ ਲਾਲਨਾ ਕਿਹਾ ਮੇਰਾ ਪਿਆਰਾ ਮੈਂ ਤੇਰੇ ਤੋਂ ਮੇਰੇ ਪਿਆਰੇ ਕੁਰਬਾਨ ਹਾਂ ਕੋਲ ਘੁਮਾਈ ਲਾਲਨਾ ਗੁਰਮਨ ਦੀਨਾ ਤੇ ਕਹਿਣ ਲੱਗੇ ਮਨ ਕਿਵੇਂ ਭਿੱਜੇ ਕਿਵੇਂ ਭਿੱਜ ਗਿਆ ਮੇਰਾ ਮਨ ਕਿਆ ਇਹ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਜਿਵੇਂ ਮੱਛਲੀ ਦੀ ਪ੍ਰੀਤ ਹੈ ਨਾ ਪਾਣੀ ਦੇ ਨਾਲ ਪਾਣੀ ਵਿੱਚ ਹਰ ਵੇਲੇ ਭਿੱਜੀ ਰਹਿੰਦੀ ਹੈ ਮੱਛਲੀ ਐਵੇਂ ਹੀ ਮੇਰੇ ਪ੍ਰਭੂ ਮੇਰਾ ਮਨ ਵੀ ਤੇਰੇ ਨਾਮ ਦੇ ਰੰਗ ਵਿੱਚ ਭਿੱਜਿਆ ਰਵੇ ਜਿਵੇਂ ਮੱਛਲੀ ਪਾਣੀ ਤੋਂ ਜੁਦਾ ਨਹੀਂ ਹੋ ਸਕਦੀ ਐਵੇਂ ਹੀ ਮੈਂ ਵੀ ਤੇਰੇ ਨਾਮ ਤੋਂ ਤੇਰੇ ਪ੍ਰੀਤ ਤੋਂ ਕਦੇ ਵੀ ਜੁਦਾ ਨਾ ਹੋਵਾਂ ਅਲੱਗ ਨਾ ਹੋਵਾਂ ਐਸਾ ਮੇਰੇ ਤੇ ਰੰਗ ਚੜ ਜਾਵੇ ਇਹੋ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰ ਤੇਰੇ ਨਾਮ ਦੀ ਤੇ ਕੋਈ ਕੀਮਤ ਨਹੀਂ ਬੇਸ਼ਕੀਮਤੀ ਨਾਮ ਹੈ ਫਿਰ ਇੱਕ ਬੇਨਤੀ ਕੀਤੀ ਸਗਲ ਗੁਣਾ ਕੇ ਦਾਤੇ ਸਵਾਮੀ ਸਾਰੇ ਗੁਣਾਂ ਦੇ ਮੇਰੇ ਮਾਲਕ ਮੇਰੇ ਸਵਾਮੀ ਬਿਨੋ ਸੁਣੋ ਇੱਕ ਦੀਨਾ ਇਸ ਦੀਨ ਦੀ ਇੱਕ ਬੇਨਤੀ ਸੁਣ ਲੈ ਕਿਹੜੀ ਬੇਨਤੀ ਦੇਹੋ ਦਰਸ ਨਾਨਕ ਬਲਿਹਾਰੀ ਮੈਨੂੰ ਆਪਣੇ ਦਰਸ਼ਨਾਂ ਦੀ ਝਲਕ ਦੇ ਦੇ ਜੀਣਾ ਬਲ ਬਲ ਕੀਨਾ ਇਹ ਜਿੰਦੜੀ ਤੇਰੇ ਤੋਂ ਬਲਿਹਾਰ ਬਲਿਹਾਰ ਜਾਏਗੀ ਇਹ ਬੇਨਤੀ ਇਹ ਅਰਦਾਸ ਕਰੀਏ ਸਾਰੇ ਮਿਲ ਕੇ ਇਹ ਨਾਮ ਦਾ ਰੰਗ ਸਾਨੂੰ ਸਾਰਿਆਂ ਨੂੰ ਚੜ ਜਾਵੇ ਇਸ ਆਪਣੇ ਸਮੇਂ ਨੂੰ ਅਮੁੱਲਾ ਬਣਾ ਲਓ ਇੱਕ ਯਾਦਗਾਰ ਬਣਾ ਲਓ ਕਿ ਜਿਹੜਾ ਇਹ ਸਮਾਂ ਦੁੱਖ ਦਾ ਚੱਲ ਰਿਹਾ ਹੈ ਦੁੱਖ ਵਿੱਚੋਂ ਵੀ ਸੁੱਖ ਢੂੰਡ ਲਓ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇਤਾ ਇਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਜਿਹੜੇ ਗੁਰੂ ਕੇ ਪਿਆਰੇ ਹਨ ਨਾ ਉਹਨਾਂ ਵਾਸਤੇ ਕੋਈ ਦੁੱਖ ਨਹੀਂ ਜਿਹੜੇ ਗੁਰੂ ਤੇ ਸ਼ੰਕਾ ਕਰਦੇ ਹਨ ਦੁੱਖ ਉਹਨਾਂ ਵਾਸਤੇ ਹਨ ਤੇ ਆਪਣੇ ਗੁਰੂ ਤੇ ਪੂਰਨ ਭਰੋਸਾ ਕਰਕੇ ਉਹਦੇ ਨਾਲ ਜੁੜੇ ਰਹੋ ਫਿਰ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਗਿੱਲਾ ਕਪੜਾ ਹੋਵੇ ਨਾ
अग्नि दे कोल ले जाओ, अग्नि उसनू जला नहीं सकती। ते जे कपड़ा ज्यादा ही भिजिया होवे ना, वो भिजिया कपड़ा अग्नि नू भी बुझा देंदा है। बस इत्थों थोड़ी जी सिख्या ले लो, जे साडा भी हिरदा साडा भी मन प्रभु दे नाम विच भिजा होएगा, ते यकीन जानना दुखां दी अग्नि आएगी, साडे सुखां नू छिन नहीं सकेगी, बल्कि दुख ही दूर चले जाणगे। कोई दुख कोई मुश्किल कोई परेशानी साडे नेड़े नहीं आएगी, क्योंकि नाम दा रंग चढ़िया है। आओ सारे मिलके पावन बोल गायन करिए। सुन शब्द तुम्हारा मेरा मन भीना, कोल कुमाई लालना गुरु मन दीना, करो सारी कृपा। I'm not afraid.
दिल बुला के दाते स्वामी से विनती करूंगा। काफी लोग हिंदी लोग भी हैं, मैं सभी से प्रार्थना करता हूं, जहां जहां ये प्रोग्राम आप देख रहे हो, सभी मिलके अपनी रसना पवित्र करो। कान तो पवित्र हो गए वाणी सुन के, अब गायन करके रसना भी पवित्र हो जाए। तो जहां जहां भी आप बैठे ये कीर्तन श्रवण कर रहे हो, सारे मिलके करो कृपा। मेरा मन भीना, हे प्रभु तेरे नाम से मेरा मन भीग गया है, नाम का रंग चढ़ने लगा है। ऐसी बख्शिश हुई है, नहीं हुई तो कर दो। आओ सारे मिलके ये पंक्तियां पहले दास पढ़ेंगे, फिर सारी संगत मिलके गायन करो। जहां जहां भी आप घरों में बैठे हो, देखो पूरे घर में गुरबाणी गूंज जाएगी, कितनी प्योर वाइब्रेशंस हो जाएंगे सबके घरों। करो सारे के पास। मेरा मन बीना, मेरा मन बीना, मेरा मन बीना, बाबा मेरा मन बीना, मेरा मन बीना, शब्द
मेरा मन बिना